ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਛੋਟੀ ਵੱਡੀਆਂ ਖਬਰਾਂ ਦੇਣ ਵਾਸਤੇ ਸਾਂਝਾ ਪੰਜਾਬ ਜੀ। ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਅਸੀਂ 54 ਨੰਬਰ FIR ਦੇ ਵਿੱਚ ਕਰ ਰਹੇ ਹਾਂ। ਜਿਹੜੀ ਇਨਸੀਡੈਂਟ ਸਾਡੇ ਇੱਥੇ 30 ਤਰੀਕ ਨੂੰ ਹੋਇਆ ਸੀਗਾ, ਕੋਰਟਯਾਰਡ ਮੈਰੀਅਟ ਹੋਟਲ ਹੈਗਾ ਮਜੀਠਾ ਰੋਡ, ਉਹਦੇ ਵਿੱਚ ਬੜਾ ਇਹਦੇ ਵਿੱਚ ਅਨਫੋਰਚੂਨੇਟ ਇੰਸੀਡੈਂਟ ਸੀਗੇ। ਹਸਬੈਂਡ ਔਰ ਵਾਈਫ ਜਿਹੜੇ ਸੀਗੇ ਫੰਕਸ਼ਨ ਕਰਕੇ, ਫੰਕਸ਼ਨ ਵੇਖ ਕੇ ਪੁੱਤੀ ਘਰ ਚੌਂਕ ਤੋਂ ਜਿਹੜਾ ਸੀਗਾ ਇੱਧਰ ਨੂੰ ਆ ਰਹੇ ਸੀਗੇ, ਔਰ ਰਸਤੇ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਇਹਨਾਂ ਨੂੰ ਸਕੂਟਰੀ ਮਾਰ ਕੇ ਡੇਕ ਕੇ ਦਾਤਰ ਦਾ ਵਾਰ ਕਰਕੇ ਇਹਨਾਂ ਦੇ ਕੋਲੋਂ ਜਿਹੜੀਆਂ ਸੀਗੀਆਂ ਚੀਜ਼ਾਂ ਲੁੱਟ ਖੋਹ ਕੀਤੀ ਸੀਗੀ। ਸੋ ਇਸ ਦੇ ਵਿੱਚ ਅਸੀਂ ਮੁਕੱਦਮਾ ਦਰਜ ਕਰਕੇ ਦੋ ਦੋਸ਼ੀ ਜਿਹੜੇ ਹੈਗੇ ਆ, ਸੰਨੀ ਪੁੱਤਰ ਲੱਖਾ ਸਿੰਘ ਤਰਨ ਤਾਰਨ ਦਾ ਪੱਟੀ ਵਾਸੀ ਜ਼ਿਲ੍ਹਾ ਤਰਨ ਤਾਰਨ ਦਾ, ਉਹਦਾ ਜੋਸ਼ੀ ਸਿੰਘ ਜਿਹੜਾ ਤਰਸੇਮ ਸਿੰਘ ਜਿਹੜਾ ਹੈਗਾ ਪੱਟੀ ਜ਼ਿਲ੍ਹਾ ਤਰਨ ਤਾਰਨ ਦਾ, ਗ੍ਰਿਫਤਾਰ ਕਰਕੇ ਇਹਨਾਂ ਦੇ ਕੋਲੋਂ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਵੈਪਨ ਹੈਗਾ ਇੱਕ ਖਿਡੌਣਾ ਪਿਸਤੌਲ, ਔਰ ਇਹਦੇ ਨਾਲ ਇੱਕ ਦਾਤਰ, ਔਰ ਇਹਨਾਂ ਦੇ ਵਰਤੋਂ ਵਿੱਚ ਵਰਤੀ ਗਈ ਜਿਹੜੀ ਸਕੂਟਰੀ ਹੈ ਜਿਹੜੀ ਬਰਾਮਦ ਕਰ ਲਈ ਹੈ। ਬਾਕੀ ਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਨੂੰ ਵੀ ਜਿਹੜਾ ਹੈਗਾ ਜਲਦ ਜਿਹੜੀ ਹੈਗੀ ਹੈ ਗ੍ਰਿਫਤਾਰੀ ਕੀਤੀ।